ਦੇ ਵਿੱਚ ਗਰੀਬ ਦੀ ਤਾਂ ਮਡੂਵਾ ਆਈ ਕਾਈ ਨੀ, ਗਰੀਬ ਕਿਹੜੀ ਪਾਸੇ ਜਾਵੇ। ਹੁਣ ਇੱਕ ਮੇਲੇ 'ਚ ਕੰਮ ਲੱਭਿਆ ਤੇ ਉਸ ਵੀ ਜਵਾਬ ਦੇ ਛੋੜਿਆ ਬਈ ਮੈਨੂੰ ਬਿੱਲ ਬਹੁ ਆਉਂਦੇ ਤੇ ਗੈਸ ਦਾ ਬਿੱਲ ਆਇਆ ਖਲਾਏ ਤੇ ਬਿਜਲੀ ਦਾ, ਉਹ ਮੈਂ ਭਰਨੇ ਬਿੱਲ ਬਿਜਲੀ ਦੇ। ਭਾਈ ਪੁੱਛਦਾ ਉਹਦੇ ਕੋਲੋਂ ਬਈ ਕੀ ਕੀਤਾ ਈ ਗਰੀਬਾਂ ਦਾ ਉਹ ਬੌਰੀ ਬਲਾ। ਇੱਕ ਤਾਂ ਚੌਧਰੀਆਂ ਨੂੰ ਵੀ ਆਪਣੀ ਏ, ਮਹਾਰਾਂ ਨੂੰ ਵੀ ਆਪਣੀ ਪਈ ਖਲੀ, ਉਹ ਗਰੀਬ ਦਾ ਤਾਂ ਕਿਸੇ ਨੂੰ ਖਿਆਲ ਹੀ ਕੋਈ ਨੀ। ਥਾਮ ਹੋਏ ਪਿਆ ਬਈ ਇਸ ਪਾਕਿਸਤਾਨ ਦੇ ਵਿੱਚ, ਕਾਹੀ ਸਮਝ ਨੀ ਪਈ ਲੱਗਦੀ ਵੀ ਬੰਦਾ ਮਰੇ ਵੀ ਤਾਂ ਮਰੇ ਵੀ ਕਿਹੜੀ ਜਗ੍ਹਾ ਤੇ। ਕਬਰ ਖੱਟਣ ਵਾਲਾ ਵੀ 10,000 ਰੁਪਇਆ ਲੈਂਦਾ, ਗਰੀਬ ਦਾ ਤਾਂ ਮਰੋਂ ਨੀ ਔਖਾ। ਚੌਧਰੀ ਨੂੰ ਫੋਨ ਕਰੇ ਨਾ, ਉਹਨੂੰ ਆਨਾ ਬਈ ਵਾਸਤਾ ਹੀ ਕੋਈ ਮੇਰਾ ਕਾਰ ਯਾਰ, ਗਰੀਬ ਬੰਦਾ ਤੇ ਸਮਾਣੀ ਵੀ ਬਹੁ ਸਖਤ ਹੈ, ਜੇ ਪੈਸੇ ਮੌਕੇ ਤਾਂ ਸਮਝੋ ਮੈਂ ਮੌਕਿਆ। ਹੈਲੋ, ਸਲਾਮ ਅਲੈਕੁਮ। ਵਾਲੇਕੁਮ ਸਲਾਮ। ਚੌਧਰੀ ਸਾਹਿਬ ਬੇਸਮਿਲਾ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਰਾਜ਼ੀ ਬਾਜ਼ੀ ਹੋ? ਅੱਲਾ ਦਾ ਸ਼ੁਕਰ ਹੈ। ਤੇ ਉਹ ਕੰਮ ਦਾ ਜੀ ਪੁੱਛਣਾ ਜੀ, ਘਰ ਦੇ ਬੜੇ ਹਾਲਾਤ ਖਰਾਬ ਹੈ ਜੀ, ਆਟਾ ਦਾਣਾ ਹਰ ਚਾਹ ਤੇ ਸਵਾਣੀ ਮੈਂ ਦਰੂ ਇੰਜ ਵੇਦੀ ਪਈ ਜਿਵੇਂ ਮਾਰਨ ਵਾਲਾ ਦਾਂਦ ਵੇਦ। ਉਹ ਭਾਈ ਤੇਰਾ ਦਿਮਾਗ ਠੀਕ ਹੈ? ਉਹ ਮੈਂ ਤੇ ਆਪ ਇਸ ਕੁੱਤਖਾਨੇ ਨੂੰ ਨਾ ਵੇਚ ਕੇ ਮਿਲਣਾ ਤੇ ਆਪ ਬਾਹਰ ਚੱਲਾਂ, ਇਹ ਬੇੜਾ ਗਰਕ ਹੋਵੇ। ਮੈਨੂੰ ਤੇ ਬਿੱਲਾਂ ਨੇ ਮਾਰ ਲਿਆ, ਕੁਛ ਬਿਜਲੀ ਦੇ ਬਿੱਲਾਂ ਨੇ ਤੇ ਕੁਛ ਗੈਸ ਦੇ ਬਿੱਲਾਂ ਨੇ। ਉਹ ਭਾਈ ਮੈਂ ਤੇ ਵੇਚ ਕੇ ਜਾਂਦਾ ਪਿਆ, ਆਪਣਾ ਆਪਾ ਕਰੋ। ਚੌਧਰੀ ਸਾਹਿਬ ਅੱਲਾ ਤੁਹਾਡੀ ਜ਼ਿੰਦਗੀ ਕਰੇ, ਤੁਸੀਂ ਤਾਂ ਵੇਚ ਕੇ ਜਾਂਦੇ ਪਏ ਹੋ ਤੇ ਅਸਾਂ ਗਰੀਬਾਂ ਨੂੰ ਕਿਹੜੀ ਪਾਸੇ ਲੈ ਜਾ ਸੋ? ਚੋਣ ਤੁਹਾਡਾ ਕਾਰੋਬਾਰ ਰਿੜੇ ਹੋਇਆ ਤੇ ਮਿਹਰਬਾਨੀ ਜੇ ਚਲਾਇਓ ਚਾਹ ਤਾਂ ਅੱਲਾ ਬਰਕਤ ਭੇਸੀ। ਖਾਕ ਰਿੜੇ, ਹਰ ਮਹੀਨੇ ਡਬਲ ਡਬਲ ਟੈਕਸ, ਡਬਲ ਡਬਲ ਬਿੱਲ, ਉਹ ਬਿੱਲਾਂ ਨੂੰ ਭਰ ਭਰ ਕੇ ਤੇ ਮੈਂ ਆਪ ਬਿੱਲ ਹੋ ਗਿਆ ਭਾਈ। ਮੈਂ ਵੇਚ ਕੇ ਤੇ ਇਸ ਮੁਲਕ ਤੋਂ ਬਾਏ ਬਾਏ ਟਾਟਾ ਜਾ ਰਿਹਾ। ਚਲੋ ਠੀਕ ਹੈ ਚੌਰੀ ਸਾਹਿਬ, ਅੱਲਾ ਤੁਹਾਡੀ ਜ਼ਿੰਦਗੀ ਕਰੇ, ਆਏ ਹਾਲਤ ਨੇ। ਹੁਣ ਇਸ ਨੂੰ ਆਖਿਆ, ਮੈਨੂੰ ਪਤਾ ਇਹਨੂੰ ਘਾਟੇ ਪਾਉਣ ਦੇ ਤਾਂ ਹੈ ਹੀ ਬੇਈਮਾਨ, ਮੁਸੀਬਤ ਜਈ ਨਾ ਹੋਵੇ ਤਾਂ। ਮੈਂ ਨਾ ਆਖਿਆ ਵੀ ਬਿੱਲ ਬਾਲ ਤੇ ਬਿਜਲੀ ਜਿਵੇਂ ਮੈਂ ਬਿੱਲ ਭਰਨੇ, ਚਗਲਾਂ ਧੋਤੀਆਂ ਇਹ ਨਾ ਹੋਵੇ। ਉਹ ਖੈਰਾ, ਉਹ ਤੇਰੇ ਦਮ ਦੀ ਸ਼ਾਲਾ ਖੈਰ ਹੋਵੇ। ਲੈ ਮਗਰੂ ਕਿਦੂ ਪਈ ਵੇਨੀ ਆ, ਤੈਨੂੰ ਕੀ ਮੌਤ ਪਈ ਹੋਈ ਹੈ? ਸਿਰ ਹੀ ਖਾਂਦਾ ਰਹਿੰਦਾ ਹੈ ਮੇਰਾ, ਅੱਗੇ ਸਿਰ ਨੂੰ ਇੰਨੀ ਤਰ੍ਹਾਂ ਚੜੀ ਹੋਈ ਹੈ। ਉਹ ਦੰਮੀ ਦਾ ਮੈਂ ਬੈਠਾ ਕਰਮਾ ਲਈਏ, ਕੋਈ ਰੋਟੀ ਕੋਈ ਪਾਣੀ, ਮੈਂ ਤਾਂ ਇੰਝ ਮਲੂਮ ਹੁੰਦਾ ਵੀ ਤੂੰ ਇੱਥੇ ਰਹੂ ਹੀ ਕਾਹ ਨੂੰ, ਤੇ ਜਾਊ ਤੇਰੀ ਫੈਸਲਾ, ਤੂੰ ਜਾਨ ਛੁੱਟੇ ਤਾਂ ਮੈਨੂੰ ਫਾਸੀ ਚਾੜੇ ਤਾਂ ਫੁਲਕਾ ਦੇਵੇਂ। ਤੈਨੂੰ ਫੁਲਕੇ ਦੀ ਪਈ ਹੋਈ ਹੈ, ਮੈਂ ਕਿੱਥੋਂ ਫੁਲਕਾ ਲਿਆਵਾਂ ਘਰ ਵਿੱਚ? ਆਟਾ ਕੋਈ ਨਹੀਂ ਹੈ, ਨਾ ਕੋਈ ਲੂਣ ਹੈ, ਨਾ ਕੋਈ ਮਿਰਚਾਂ ਹੈ, ਹੈ ਪਤਾ ਨਹੀਂ ਕਿਹੜੀ ਮੁਸੀਬਤ ਨੂੰ ਮੈਂ ਪਾਏ ਗਈ ਹਾਂ। ਮੁਸੀਬਤ? ਉਹ ਮੁਸੀਬਤ ਤਾਂ ਤੂੰ ਮੇਰੇ ਗਾਲ ਪਾਏ ਗਈ ਹੈ, ਪਤਾ ਨਹੀਂ ਕਿਹੜੇ ਗੁਨਾਹਾਂ ਦੀ ਸਜ਼ਾ ਹੈ ਤੂੰ। ਉਹ ਤੇਰੇ ਮੇਕਅਪ ਮੁੱਕੇ ਤਾਂ ਮੈਂ ਕਿਸੇ ਪਾਸੇ ਸਾਵਾ ਹੋਵਾਂ। ਹੈ ਮੇਕਅਪ? ਕਿਹੜਾ ਮੇਕਅਪ? ਤਿੰਨ ਟਾਈਮ ਦੀ ਤੂੰ ਰੋਟੀ ਤਾਂ ਚੱਜ ਨਾਲ ਖਵਾ ਨਹੀਂ ਸਕਦਾ, ਤੇ ਮੇਕਅਪ, ਇਹ ਮੇਕਅਪ ਉਹ ਹੀ ਹੈਗਾ ਜਿਹੜਾ ਮੇਰੇ ਦਾਜ ਵਿੱਚ ਆਇਆ ਤੇ ਮੈਂ ਇਸਤੇਮਾਲ ਕਰਦੀ ਹੈਗੀ ਹਾਂ। ਗੋਨਿਆ ਤੂੰ ਮੈਨੂੰ ਕੀ ਦੇ ਸਕਦਾ? ਕੁਛ ਨਹੀਂ ਦੇ ਸਕਦਾ ਤੂੰ ਮੈਨੂੰ। ਮੈਂ ਜਦੋਂ ਇਸ ਘਰ 'ਚ ਆਈ ਹਾਂ ਨਾ, ਮੈਂ ਸੁੱਖ ਦਾ ਸਾਹ ਨਹੀਂ ਲਿਆ, ਅਤੇ ਨਾ ਇਸ ਘਰ ਮੈਨੂੰ ਸੁੱਖ ਦਾ ਸਾਹ ਆਉਣਾ ਹੈ। ਸੁੱਖ ਦਾ ਸਾਹ? ਉਹ ਸੁੱਖ ਦਾ ਸਾਹ ਤਾਂ ਬਖਤ ਵਾਲੀਏ, ਤੂੰ ਮੈਨੂੰ ਨਹੀਂ ਲੈਣ ਦਿੱਤਾ। ਜਿਹੜੀ ਕਾਈ ਬਲਾ ਘਰ 'ਚ ਹੁੰਦੀ ਹੈ ਮਾਲ ਢੋਈ ਖਲੀਏ, ਸਿੱਧੀ ਮਾਲ ਲੈ ਜਾਂਦੀ, ਆਟਾ ਮਾਲ, ਗਿਓ ਮਾਲ। ਓਏ ਹੁਣ ਤਾਂ ਮੇਰੇ ਪੁਰਾਣੇ ਕੱਪੜੇ ਵੀ ਤੂੰ ਅਗਲੇ ਦੇ ਮੇਰਾ ਸਾਹਰ ਸਹੁਰੇ ਆਲ ਵੇਖੇ ਮੈਂ। ਵੇ ਮੌਤ ਪੈਣੇ ਆ, ਕੋਈ ਸ਼ਰਮ ਯਾ ਕਰ ਲੈ, ਮੇਰੇ ਵਿਆਹ ਦਾ ਸੂਟ ਪਾ ਕੇ ਬੈਠੇ ਨੇ ਯਾਰ, ਮੇ ਕੱਪੜੇ ਮੇਰੇ ਉਹਦੇ ਗਲਤੀ, ਉਹ ਭੁੱਖੇ ਨੇ ਤੇਰੇ ਕੱਪੜਿਆਂ ਦੇ ਆਏ ਸੂਟ ਕਹਿ ਰਹੇ, ਇਹ ਮੇਰੇ ਵਿਆਹ ਦਾ ਸੂਟ ਹੈ, ਮਰ ਜਾਵੇ ਮੰਜਾ ਤੇਰੇ ਘਰ ਕੋਈ ਨਹੀਂ, ਆ ਮੰਜੇ ਮੇਰੀ ਮਾਂ ਨੇ ਗੱਲੇ ਨੇ, ਗੱਲਾਂ ਸੁਣਾਉਣਾ ਤੂੰ। ਚਾਹ ਮੰਜੇ ਰੱਖ ਸਿਰ ਤੇ, ਤੇਰੀ ਮੁਸੀਬਤ ਤੂੰ ਮੈਂ ਜਾਨ ਉਹ ਛੁਡਾਵਣੀ ਹੈ ਤੇ ਕੋਈ ਮੈਨੂੰ ਸੁੱਖ ਦਾ ਸਾਹ ਆਵਣਾ ਹੈ ਤੇ ਚੁੱਪ ਕਰ ਸ਼ਾਇਦ, ਤੇ ਤੂੰ ਮਿਹਰਬਾਨੀ ਕਰ ਮੈਂ ਤੇ ਤੂੰ ਰੱਜ ਗਿਆ। ਮੈਂ ਆਪ ਰੱਜੀ ਆਈ ਹਾਂ ਤੇਰੇ ਕੋਲੋਂ, ਰੱਜ ਗਿਆ, ਐਡੀ ਸੌਖੀ ਜਾਨ ਨਹੀਂ ਮੈਂ ਛੱਡਣ ਵਾਲੀ, ਮੈਂ ਤਾਂ ਮਰ ਕੇ ਤੇਰੀ ਜਾਨ ਛੱਡਾਂ, ਮਰ ਜਾਣੀ ਆ, ਆ ਮੁਸੀਬਤ ਆ। ਜੇ ਤੂੰ ਮਰ ਕੇ ਜਾਨ ਛੱਡਣੀ ਹੈ ਨਾ ਤੇ ਤੂੰ ਨਾ ਮਰ, ਮੈਂ ਇੱਥੋਂ ਜਾਣਾ ਆ। ਹੋਰ ਕਿਤੇ ਜਾਊ ਏ? ਮਰਨ ਜਾਊ ਆ, ਮਰਨ ਮਰਨ ਕਿਆ ਜਾਊ ਆ, ਖਾਵਣ ਵਾਸਤੇ ਲਿਆ ਕੇ ਦੇ, ਮਰਨ ਜਾਊ ਆ, ਗਲੀ ਗਲੀ ਘੁੰਮ ਘੁੰਮ ਕੇ ਤੇ ਆ ਜਾ ਸੀ ਆਵਾਰੇ ਆ ਤਰਾਂ, ਅਜੇ ਬੇਲੇ ਜਾਂਦੇ ਤਾਂ ਬੰਜ ਜਾ ਕੇ ਪੁੱਛਦੀ ਆ, ਇਹ ਆਵਾਰੇ ਦਾ ਵਸ ਪਾ ਦਿੱਤਾ ਸੀ, ਭੁੱਖਿਆ ਮੈਨੂੰ ਮਾਰ ਦਿੱਤਾ, ਵੇ ਕਿੰਨੀ ਕਮਜ਼ੋਰ ਹੋਈ ਪਈ ਆ ਮੈਂ, ਆਵਾਰਾ ਜਿਹਾ ਨਹੀਂ ਤਾਂ ਵਿਹਲਾ। ਹੁਣ ਲੱਟ ਲੱਟ ਘੁੰਮ ਕੇ ਮੱਲਿਆਂ ਦੇ ਵਿੱਚ ਆ ਜਾ ਸੀ ਸ਼ਾਮ ਨੂੰ, ਮੂੰਹ ਚਾ ਕੇ ਮੈਨੂੰ ਟੁੱਕਰ ਦੇ, ਇਹਨੂੰ ਮੈਂ ਦੇਨੀ ਆ ਟੁੱਕਰ। ਹਾਏ ਹਾਏ ਅਖੇ, ਭੋਰ ਪਤਾ ਸੇ ਦੇ, ਬੜੇ ਚੰਗੇ ਲੱਗਦੇ ਨੇ ਬੰਦੇ ਰਾਜਨਪੁਰ ਦੇ ਪਾਸੇ ਦੇ। ਉਹ ਮੈਂ ਕੁਰਬਾਨ ਜਾਵਾਂ ਓਏ ਆਪਣੇ ਯਾਰ ਤੋਂ,
ਓਏ ਰਾਜਨਪੁਰ ਦੇ ਪਾਸੇ ਦੇ ਬੰਦੇ ਕਿਉਂ ਚੰਗੇ ਲੱਗਦੇ? ਓਏ ਯਾਰ ਨੇ ਮੈਨੂੰ ਹੀਰੇ ਵਰਗਾ ਬੱਕਰਾ ਦਿੱਤਾ, ਹੀਰੇ ਵਰਗਾ। ਓਏ ਮੇਰੀ ਜਾਨ ਆ ਤੇਰੇ ਵਿੱਚ, ਤੇਰੀ ਜਾਨ ਆ ਮੇਰੇ ਵਿੱਚ ਸੋਹਣਿਆ। ਓਏ ਮੈਂ ਰਾਜਨਪੁਰ ਤੋਂ ਕੁਰਬਾਨ ਹੋ ਜਾਵਾਂ, ਠਰ ਵੰਜਾ ਮਰ ਵੰਜਾ। ਓਏ ਯਾਰ ਤੇਰੀਆਂ ਮਿਹਰਬਾਨੀਆਂ ਏ। ਮੈਨੂੰ ਪਤਾ ਵਾ ਤੈਨੂੰ ਭੁੱਖ ਲੱਗੀ ਆ। ਓਏ ਉਮਰੀ ਨਮਾਣਿਆ, ਓ ਨਮਾਣਿਆ ਕਿੱਥੇ ਮਰ ਗਿਆ ਉਰੇ ਆ? ਜੀ ਚੌਧਰੀ ਸਾਹਿਬ। ਓਏ ਆ ਤੇਰੀਆਂ ਕੁਸ਼ਾਮਤਾਂ ਝੂਠੀਆਂ ਤੇ ਬਰਾਮਦਾਂ ਮੈਨੂੰ ਬਰਬਾਦ ਕਰ ਦੇਣਗੀਆਂ। ਲਾਂਤੀਆ ਤੈਨੂੰ ਸਾਰਾ ਪਤਾ, ਮੈਨੂੰ ਇਹ ਕਿੰਨਾ ਪਿਆਰਾ ਵਾ। ਪਿਆਰਾ ਚੌਧਰੀ ਸਾਹਿਬ, ਮੈਨੂੰ ਵੀ ਪਤਾ ਕਿ ਬੱਕਰਾ ਤੁਹਾਨੂੰ ਜਾਣ ਤੋਂ ਜ਼ਿਆਦਾ ਪਿਆਰਾ ਹੈ, ਅਤੇ ਇਹਦੀ ਵਜ੍ਹਾ ਤੋਂ ਤੁਸੀਂ ਸ਼ਾਦੀ ਨਹੀਂ ਕੀਤੀ ਆਈ। ਉਹ ਜ਼ਰਾ ਗੱਲ ਕਿਵੇਂ, ਉਹ ਤਾਂ ਮੈਨੂੰ ਦੱਸ। ਉਹ ਲਾਂਤੀ ਨਮਾਣਿਆ, ਉਹ ਕੀ ਨਮਾਣੀ ਗੱਲ ਕਰਕੇ ਸ਼ਾਦੀ ਯਾਦ ਕਰਾ ਦਿੱਤੀ। ਹੋਏ ਉਹ ਕੀ ਉਹ ਵੇਲਾ ਸੀ ਬਰਾਤ ਦਾ, ਜਦੋਂ ਮੈਂ ਤਿੱਲੇ ਵਾਲਾ ਖੁੱਸਾ ਅਤੇ ਬੋਸਕੀ ਦਾ ਸੂਟ ਪਾ ਕੇ ਬੈਠਾ ਸੀ, ਅਤੇ ਉੱਤੇ ਸ਼ਿਮਲੇ ਵਾਲੀ ਪੱਗ ਲਾਈ, ਅਤੇ ਪੂਰੇ 7 ਪਿੰਡਾਂ 'ਚ ਇੱਕੋ ਹੀ ਚੌਧਰੀ ਦਾ ਚੰਨ ਲੱਗ ਰਿਹਾ ਸੀ। ਓਏ ਓਏ ਉਹ ਤੇਰਾ ਚੌਧਰੀ ਤੀਫਾ ਸੀ। ਬਸ ਮੇਰੇ ਸਹੁਰੇ ਦੀ ਕਿਸਮਤ ਮਾੜੀ, ਉਹਨੇ ਮੇਰੇ ਕੋਲੋਂ ਬੱਕਰਾ ਮੰਗ ਲਿਆ, ਮੈਂ ਬੱਕਰੇ ਤੋਂ ਇਨਕਾਰ ਕਰ ਦਿੱਤਾ, ਅਤੇ ਉਹਨੇ ਮੈਨੂੰ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਓਏ ਉਹ ਸਾਰੀਆਂ ਗੱਲਾਂ ਛੱਡ, ਇਹਨੂੰ ਲੈ ਜਾ, ਇਹਨੂੰ ਚਰਾਕ ਲਿਆ, ਸਵੇਰ ਦੀ ਨੂੰ ਭੁੱਖ ਲੱਗੀ ਹੋਈ ਆ। ਚੌਧਰੀ ਸਾਹਿਬ ਇਹਨੂੰ ਮੁੜ ਆਪਣਾ ਗਾਚੇ ਛੱਡ ਦੇਵਾਂ। ਓਏ ਜਿੱਥੇ ਮਰਜ਼ੀ ਚਰੇ, ਜਿਹੜੇ ਮਰਜ਼ੀ ਫਸਲ 'ਚ ਵੜੇ, ਇਹਨੂੰ ਵਾੜ ਦੇ। ਤੈਨੂੰ ਤਾਂ ਆਪਣੇ ਤੋਂ ਜ਼ਿਆਦਾ ਧਿਆਨ ਰੱਖੀ, ਇਸ ਗੱਲ ਨੂੰ ਯਾਦ ਰੱਖੀ। ਠੀਕ ਹੋ ਗਿਆ ਚੌਧਰੀ ਸਾਹਿਬ, ਆ ਜਾ ਵੀ ਸ਼ੀਸ਼ਨਾਗ ਬੱਕਰਿਆ। ਕਾਲੇ ਮੂੰਹ ਵਾਲਾ ਨਾ ਵੇ, ਲਾਂਤੀ ਕਹਿਣ ਡਿਆ, ਨਾ ਨਾ ਸ਼ੇਰੂ ਆ। ਕਿਉਂ ਮੋੜ ਗਿਆ ਏ ਮੁੱਖ ਚੰਨ ਮਾਹੀ, ਤੂੰ ਤਾਂ ਅੱਖ ਦੱਸ ਮੈਂ ਵਫਾ ਕਰਸਾਂ। ਓਏ ਕਿਉਂ ਮੋੜ ਗਿਆ ਏ ਮੁੱਖ ਚੰਨ ਮਾਹੀ, ਤੂੰ ਤਾਂ ਅੱਖ ਦੱਸ ਮੈਂ ਵਫਾ ਕਰਸਾਂ। ਜਦੋਂ ਇਹ ਸਵਾਣੀ ਤੂੰ ਮੈਂ ਟੁੱਕੋਰ ਮੰਗਿਆ ਨਾ, ਇਸ ਨਵਾਂ ਕਰਤੂਤ ਖਲਾ ਕਰ ਦਿੱਤਾ ਹੈ, ਤੇ ਲੜਾਈ ਤੇ ਫਸਾਦ ਮੇਰੇ ਨਾਲ ਕਰ ਦਿੱਤਾ। ਸੋ ਮੈਂ ਵੀ ਆਦਮ ਸ਼ਾਦੀ ਕਰਨੀ ਹੈ, ਕੁਆਰਿਆਂ ਮੈਂ ਨਹੀਂ ਰਹਿਣਾ, ਸ਼ਾਦੀ ਬੜੀ ਜ਼ਰੂਰੀ ਹੈ, ਮੈਂ ਟਰਾਕੇਟ ਸਿਰ ਪਿਆ ਦਿੰਦਾ ਨੇ, ਇਹਦੇ ਨਾਲ ਤਾਂ ਮੈਂ ਨਾ ਭਰਨੇ ਲੋਮ। ਉਹ ਚੰਗਾ ਚਗਲ ਧੋਤੀ ਹੋਈ ਹੈ, ਫਸ ਨੂੰ ਹੋਣ ਗਿਆ। ਤੇ ਮਾਈਆ ਮੈਨੂੰ ਯਾਦ ਆ ਗਿਆ, ਬਈ ਇੰਜਣਾਂ ਦੇ ਵੀਲ ਹੁੰਦੇ ਨਾ, ਅਸੀਂ ਸ਼ਾਦੀ ਕਰਦੇ ਤੇ ਨਾ ਜ਼ਲੀਲ ਹੁੰਦੇ। ਹੁਣ ਉਹ ਸ਼ਿਕਾਇਤ ਲਾਉਣੀ ਹੈ ਮੇਰੇ ਸਹੁਰੇ ਨੂੰ ਅਤੇ ਮੇਰੇ ਸਾਲਿਆਂ ਨੂੰ, ਬਈ ਉਹ ਚਗਲ ਦੋਤੀ ਹੋਈ ਮੇਰੇ ਨਾਲ ਲੜੀ ਨੇ, ਉਸ ਫਤਲੇ ਦੇ ਸਿਰ ਵਾਲੇ ਨੂੰ ਫਨਾ ਕਰੋ। ਹੁਣ ਚੰਗਾ ਕੰਮ ਇਹ ਹੈ ਬਈ ਕਿਸੇ ਕੋਲ ਕੋਈ ਜਾਨਵਰ ਲਾਏ, ਭਾਵੇਂ ਜੋ ਮਰਜ਼ੀ ਲਾਏ, ਘਰ ਆਟਾ ਲਾਜ਼ਮੀ ਪਹੁੰਚਾਓ, ਚਗਲ ਦੋਤੀ ਹੋਈ ਆ, ਤਾਂ ਤੋਂ ਬਚਣਾ। ਇੱਕ ਉਹ ਬਹੁ ਸੋਟੇ ਮਰਦੇ ਨਿੱਕਾ ਸਹੁਰਤ ਜਿਹੜਾ ਸਾਲਾ ਹੈ ਮੇਰਾ, ਉਹ ਤਾਂ ਮੈਨੂੰ ਸੋਟੇ ਬੜੇ ਵੱਟ ਵੱਟ ਕੇ ਮਰਦਾ, ਪਤਾ ਨਹੀਂ ਮੈਨੂੰ ਕਾਵੜ ਕੇ ਸੂਰ ਨੂੰ। ਚੱਲ ਬੱਕਰਾ ਲਾਇਕ ਜਕਾਸ਼ਾ ਠੱਗ ਕੇ ਪਹੁੰਚ। ਚੰਗਾ ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ। ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ। ਹਾਏ ਓਏ ਸ਼ੇਰੋ, ਓਏ ਤੇਰੀ ਕਿਸਮਤ ਤੇ ਮੇਰੀ ਕਿਸਮਤ, ਕਿਹੜੇ ਟਾਈਮ 'ਤੇ ਤੂੰ ਮੈਨੂੰ ਖਰਾਬ ਕਰਨਾ। ਓਏ ਸ਼ੇਰੂ, ਤੈਨੂੰ ਮੈਂ ਇੱਥੇ ਬੰਨਣਾ, ਅਤੇ ਮੈਂ ਜ਼ਰਾ ਇਦੂ ਹੋ ਕੇ ਜਾਣੀਆਂ ਇੱਚੂ ਅਤੇ ਵਾਪਸ ਆ ਰਿਹਾ, ਅਤੇ ਵੋੜ ਬਿਆ ਦੇ ਸ਼ੇਰੂ ਨੂੰ ਚਿਰ ਇੰਨਾ ਇਹਨੂੰ ਸੋਹਣੇ ਸੋਹਣੇ ਸਾਵੇ ਸਾਵੇ ਪੱਠੇ ਖਵਾਈਸਾ। ਠੀਕ ਹੈ ਬੰਨਾ, ਚੱਲ ਯਾਰ ਲੈ ਬਈ ਸ਼ੇਰੂ, ਤੂੰ ਇੱਥੇ 5 ਮਿੰਟ ਮੇਰਾ ਵੇਟ ਕਰ, ਅਤੇ ਮੈਂ ਆਇਆ ਅਤੇ ਗਿਆ ਇੱਥੇ। ਹਾਂ ਠੀਕ ਹੈ, ਚੰਗਾ ਯਾਰ। ਹਾਏ ਓਏ ਸਾਡੀ ਮਾੜੀ ਕਿਸਮਤ, ਉਹ ਅੱਗੇ ਵੱਡੇ ਵੱਡੇ ਦਾਲ ਲਾਈਦੇ ਸੀ, ਉਹ ਜੇਬਾਂ ਫਰੀ ਜਾਂਦੀਆਂ ਸੀ, ਓਏ ਪਤਾ ਨਹੀਂ ਸਾਨੂੰ ਕਿੰਦੀ ਨਜ਼ਰ ਲੱਗ ਗਈ ਹੈ, ਉਹ ਛੋਟਾ ਦਾ ਵੀ ਨਹੀਂ ਹੁਣ ਲੱਗਦਾ। ਓਏ ਫੱਟੀ, ਅੱਜ ਕਿਸ ਕੋ ਸਾਰੇ ਪੈਸੇ ਲੈਨੇ ਹੈ, ਓਏ ਅੱਜ ਕਿਸਮਤ ਜ਼ਮਾਉਂਦੇ ਹੈ, ਓਏ ਅੱਜ ਵੱਡਾ ਦਾਲ ਲੱਗ ਸੀ ਇਨਸ਼ਾਅੱਲਾ। ਓਏ ਬੱਕਰਾ ਤਾਂ ਸ਼ੀ ਜਿੱਡਾ ਜਵਾਨ ਹੈ, ਓਏ ਇੱਥੇ ਬੰਦਾ ਪਰਿੰਦਾ ਵੀ ਕੋਈ ਨਹੀਂ। ਓਏ ਫੱਟੀ, ਅੱਜ ਸਾਰੇ ਦਾਓ ਤੇਰੇ ਨੇ, ਓਏ ਇਹਨੂੰ ਚੁੱਕ ਤੇ ਬੱਕਰੇ ਨੂੰ ਵੇਚ।
पेट आला हो गया। ओ शेरुआ, ओ शेरुआ, ओ आले ओ मेरी किस्मत, ओ शेरू तेरे मगर चौधरी सवानी छड़ी चा, ओ हो मैं नहीं बचता, तो मैं नहीं बचता, चौधरी नू पता लग गया ते मैंनु जिंदा गाड़ छड़े सी, ओ शेरुआ। नाजरीन, हमारी वीडियो अच्छी लगी हो तो हमारे चैनल टैम पे कॉमेडी को सब्सक्राइब और लाइक जरूर करें और बेल आइकन के निशान पर ऑल के बटन को जरूर दबाएं ताकि हर आने वाली नई वीडियो आप तक पहुंच सके।